ਪਾਪਾ ਦੀ ਡੈਥ ਹੋ ਗਈ ਛੋਟਾ ਸੀ ਜਦੋਂ ਮੈਂ ਪਾਪਾ ਦੀ ਡੈਥ ਹੋ ਗਈ ਬੜੀ ਮੁਸ਼ਕਲ ਇੱਕ ਕਿੱਲਾ ਜ਼ਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲਿਆ ਕਰਜ਼ਾ ਕੁਰਜ਼ਾ ਚੁੱਕ ਕੇ ਮੈਂ ਬਾਹਰ ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ ਅਜੇ ਇੱਕ ਸਾਲ ਨਹੀਂ ਹੋਇਆ ਘੱਟ ਇੱਕ ਮਹੀਨਾ ਹੋਇਆ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਦਿਲ ਦਾ ਦੌਰਾ ਪੈਣ ਕਰਕੇ 23 ਸਾਲ ਦੇ ਇਸ ਨੌਜਵਾਨ ਦੀ ਜਾਨ ਚਲੀ ਗਈ ਗੁਰਦਾਸਪੁਰ ਦੇ ਪਿੰਡ ਸ਼ੇਖ ਮੀਰ ਦਾ ਇਹ ਨੌਜਵਾਨ ਰਹਿਣ ਵਾਲਾ ਸੀ ਔਰ 5 ਸਾਲ ਪਹਿਲਾਂ ਇਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਤਾਂ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹਾਲੇ 1 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਚੰਗੇ ਭਵਿੱਖ ਦੇ ਲਈ ਰੋਜ਼ੀ ਰੋਟੀ ਦੇ ਲਈ ਆਪਣੀ ਮਾਂ ਨੂੰ ਰੋਜ਼ ਫੋਨ ਕਰਦਾ ਸੀ ਔਰ ਪਿਛਲੇ ਕਾਫੀ ਦਿਨਾਂ ਤੋਂ ਇਸ ਦਾ ਸੰਪਰਕ ਨਾ ਹੋਇਆ ਤਾਂ ਕਿਸੇ ਹੋਰ ਸ਼ਖਸ ਦੇ ਵੱਲੋਂ ਫੋਨ ਕੀਤਾ ਗਿਆ ਜਿਸ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਤਾਂ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਰੋਜ਼ੀ ਰੋਟੀ ਦੇ ਲਈ ਹਾਲੇ 1 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ 23 ਸਾਲ ਇਸ ਨੌਜਵਾਨ ਦੀ ਉਮਰ ਸੀ 5 ਅਪ੍ਰੈਲ 2023 ਨੂੰ ਕੈਨੇਡਾ ਦੀ ਧਰਤੀ ਤੇ ਪੁੱਜਾ ਸੀ ਤਾਂ ਪੀੜਤ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਔਰ ਉਹਨਾਂ ਦੇ ਵੱਲੋਂ ਪੰਜਾਬ ਅਤੇ ਭਾਰਤ ਸਰਕਾਰ ਤੋਂ ਗੁਹਾਰ ਲਗਾਈ ਗਈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਹੱਥੀ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਸਵੇਰੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾਲ ਮੇਰੀ ਗਰੀਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜਾਏ ਇੱਥੇ ਹੋਰ ਵੀ ਮੇਰੀ ਕਿਰਪਾ ਕਰੋ ਮਦਦ ਕਰੋ ਜੋ ਵੀ ਕਰ ਸਕਦੇ ਜੇ ਮੇਰੇ ਅਜੇ 11 ਕੁ ਮਹੀਨੇ ਹੋ ਗਏ ਸਾਲ 5ਵੇਂ ਮਹੀਨੇ ਹੋਣਾ ਵਾ ਸਾਲ 2 ਤਰੀਕ ਨੂੰ ਉਹਨਾਂ ਇਹੀ ਗੱਲ ਕਹੀ ਆ ਆਪਣੀ ਡਿਊਟੀ ਤੋਂ ਆਇਆ ਸੀ 11 ਵਜੇ ਰੋਟੀ ਖਾ ਕੇ ਸੁੱਤਾ ਸੀ ਰਾਜਮਾਂਹ ਪਿਆ ਗਏ ਸਵੇਰੇ ਸਬਜ਼ੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਅਟੈਕ ਹੋ ਗਿਆ ਉੱਥੇ ਕੰਮ ਪਤਾ ਨਹੀਂ ਕਿੱਥੇ ਕਿਤੇ ਲੱਗਾ ਸੀ ਕੰਮ ਤੇ ਨਾਲ ਫੋਟੋਗ੍ਰਾਫਰੀ ਦਾ ਵੀ ਕਰਦਾ ਸੀ ਕੰਮ ਉੱਥੇ ਅਤੇ ਨਾਲ ਹੋਰ ਵੀ ਕੰਮ ਕਰਦਾ ਸੀ ਉਹ ਮੇਰਾ ਪੁੱਤ ਬੜਾ ਬੀਬਾ ਹੈ ਨਾਲ ਪੜ੍ਹਾਈ ਵੀ ਕਰਦਾ ਸੀ ਮੇਰਾ ਪੁੱਤੂ ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ ਚੰਗਾ ਭਲਾ ਆਇਆ ਉੱਥੋਂ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਧੀ ਆ 11 ਵਜੇ ਕਹਿੰਦੇ ਸੁੱਤਾ ਵਾ ਪਤਾ ਨਹੀਂ ਕੀ ਹੋਇਆ ਇਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ 'ਚੋਂ ਝੱਗ ਵਗਣ ਡਿਆ ਵੀ ਮੇਰੇ ਪੁੱਤ 'ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕਿਸੇ ਗੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਕਿਹਾ ਵੀ ਆ ਇੱਦਾਂ ਹੋਇਆ ਵਾ ਉਹਨਾਂ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਅਤੇ ਸੁੱਤਾ ਵਾ ਅਤੇ ਉੱਥੇ ਵੀ ਸਬਜ਼ੀ ਸਵੇਰੇ ਬਣਾਉਣ ਵਾਸਤੇ ਰਾਜਮਾਂਹ ਭੇਜ ਗਿਆ ਆ ਵਾ ਅਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਉਹਨਾਂ ਵੀ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਆ ਜਦੋਂ ਫੋਨ ਨਹੀਂ ਉਹਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜੇ ਮੇਰਾ ਬੱਚਾ ਇੱਥੇ ਆ ਜੇ ਹੋਰ ਵੀ ਮੇਰੀ ਹੈਲਪ ਕੀਤੀ ਜਾਵੇ ਮੇਰਾ ਆਸਰਾ ਨਹੀਂ ਗਾ ਕੋਈ ਰਿਹਾ ਮੇਰਾ ਕੋਈ ਆਸਰਾ ਨਹੀਂ ਰਿਹਾ ਮੇਰਾ ਪੁੱਤ ਇੱਕੋ ਇੱਕੋ ਮੇਰਾ ਪੁੱਤੂ ਹੀ ਉਹ ਵੀ ਚਲ ਗਿਆ ਮੇਰਾ ਪੁੱਤੂ ਚਲ ਗਿਆ ਵਾ ਦੁਨੀਆਂ ਤੋਂ ਉਹਦੇ ਪਾਪਾ ਵੀ ਹੈ ਨਹੀਂ
ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ, ਪਿੰਡ ਮੇਰਾ ਬਾਲੇਵਾਲਾ ਆ, ਅਤੇ ਇਹ ਜਿਹੜਾ ਬੇਟਾ ਸੀ ਸਤਿੰਦਰ ਸਿੰਘ, ਇਹ ਮੇਰੇ ਸਾੜੇ ਦਾ ਲੜਕਾ ਸੀ, ਮੈਂ ਇਹਨਾਂ ਦਾ ਫੋਨ ਲੱਗਦਾ ਸੀ। ਅਤੇ 2013 'ਚ ਇਹਦੇ ਡੈਡੀ ਦੀ ਡੈਥ ਹੋ ਗਈ, ਅਤੇ ਮੁੜ ਕੇ ਪਹਿਲਾਂ ਇਹਦੇ ਤਾਏ ਦੀ ਹੋ ਗਈ, ਫਿਰ ਇਹਦੇ ਡੈਡੀ ਦੀ ਹੋ ਗਈ, ਫਿਰ ਚਾਚੇ ਦੀ ਹੋ ਗਈ, ਬਾਅਦ 'ਚ ਉਹਦੇ ਚਾਚੀ ਦੀ ਵੀ ਹੋ ਗਈ, ਅਤੇ ਬਾਅਦ 'ਚ ਬਜ਼ੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਹੁਤ ਹੋ ਗਈ। ਇੱਕ ਸਾਲ ਨਹੀਂ ਹੋਇਆ, 1.5 ਸਾਲ ਹੋਇਆ ਵਾ, ਇਹਦੇ ਚਾਚੇ ਦਾ ਪੁੱਤਰ ਸੀ, ਉਹ ਵੀ ਕਰੇਨ ਚਲਾਉਂਦਾ ਸੀ, ਉਹ ਅੰਬਾੜੇ, ਉਹ ਵੀ ਉੱਥੇ ਉੱਥੇ ਜਿੱਦਾਂ ਅਚਨਚੇਤੀ ਮੌਤ ਹੋਈ। ਅਤੇ ਹੁਣ ਅਜੇ 1.5 ਸਾਲ ਹੋਈ, ਅਤੇ ਹੁਣ ਆਹ ਜਿਹੜੀ ਸੱਟ ਪੈ ਗਈ, ਬਹੁਤ ਵੱਡੀ ਸੱਟ ਪਈ ਆ, ਜਿਹਦਾ ਅਸੀਂ ਆਪਣੇ ਮੂੰਹ ਬਿਆਨ ਨਹੀਂ ਕੋਈ ਕਰਨ ਜੋਗਾ ਨਹੀਂ, ਨਾ ਹੀ ਇਹਨੂੰ ਕੋਈ ਹੌਂਸਲਾ ਦੇਣ ਜੋਗੇ ਹਾਂ, ਵੀ ਕਦੇ ਆਸਰੇ ਇਹਨੂੰ ਹੌਂਸਲਾ ਦੇ ਗਏ। ਬਾਕੀ ਅਸੀਂ ਸਰਕਾਰ ਕੋਲ, ਪੰਜਾਬ ਸਰਕਾਰ ਕੋਲ, ਸੈਂਟਰ ਸਰਕਾਰ ਕੋਲ, ਅਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ, ਉਹਨਾਂ ਨੂੰ ਹੱਥ ਜੋੜ ਕੇ ਵੀ ਕੋਈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਵੀ ਬਹੁਤ ਗਰੀਬ ਪਰਿਵਾਰ ਆ, ਜਿਹੜੀ ਇੱਕ ਕਿੱਲਾ ਪੈਲੀ ਹੈ, ਇੱਕ ਕਿੱਲੇ 'ਚ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ, ਅਤੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੇ। ਹਾਂਜੀ ਹਾਂਜੀ, ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰਾਂ ਨੂੰ ਫੜ ਫੁੜ ਕੇ ਸਾਰੇ ਮਦਦ ਕੀਤੀ, ਥੋੜ੍ਹੀ ਬਹੁਤੀ ਜਿੰਨੀ ਜਿੰਨੀ ਹੁਣ ਕਰਨ ਯੋਗ ਸੀ। ਅਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ, 1 ਸਾਲ ਵੀ ਨਹੀਂ ਹੋਇਆ ਜੇ, ਅਤੇ ਆਹ ਪਈ ਦੇ 31 ਤਰੀਕ ਨੂੰ ਸਵੇਰੇ 7-8 ਵਜੇ 8:30 ਵਜੇ ਫੋਨ ਆ ਗਿਆ, ਉਹਦੀ ਡੈਥ ਹੋ ਗਈ ਆ। ਅਤੇ ਉਦੋਂ ਦੇ ਰੋ ਰੋ ਕੇ ਕਲਾ, ਬੁਰਾ ਹਾਲ ਹੋ ਗਿਆ ਪਰਿਵਾਰ ਦਾ ਸਾਰੇ ਦਾ, ਕੋਈ ਕਹਿਣ ਵਾਲੀ ਗੱਲ ਨਹੀਂ ਜੀ, ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ ਜਿਹੜਾ। ਅਸੀਂ ਤਾਂ ਸਰਕਾਰਾਂ ਕੋਲ ਇਹੀ ਬੇਨਤੀ ਕਰਦਾ, ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ, ਅਤੇ ਉਹ ਲਾਸ਼ ਇੱਥੇ ਡੈੱਡ ਬੱਡੀ ਆ ਜੇ।